ਸਾਫ ਜਿਨ੍ਹਾਂ ਦੇ ਹਿਰਦੇ ਰੱਬ ਨੂੰ ਉਹ ਮਿਲਦੇ ਉਹ ਤਾਂ ਮੰਦਰੀ ਹਰ ਕੋਈ ਟੱਲ ਵਜਾਉਂਦਾ ਏ ਬੋਲਣ ਦੀ ਗੱਲ ਛੱਡੋ ਇੱਥੇ ਸੋਚਣ ਤੇ ਵੀ ਪਹਿਰੇ ਨੇ ਦਿਲ ਦੇ ਫੱਟ ਦਿਖਾਈਏ ਕਿਨੂੰ ਅੱਜਕੱਲ ਬਾਲੇ ਗਹਿਰੇ ਨੇ ਕੇਸਾਂ ਦਾ ਚੌਰ ਮੈਂ ਕਰਾਂ ਸਿਰ ਦੇ માં ਬੈਣ ਨੂੰ ਲੱਗਦੇ ਉਹ ਪ੍ਰਾਣੇ ਤੁਸੀਂ ਸਜਣਾ ਦੇ ਕੋਲ ਦੇ ਰੇਤ ਉਤੋਂ ਪੈੜ ਮਿਟਦਿਆਂ ਫਿਰ ਵੀ ਕੁਝ ਚਿਰ ਲੱਗਦਾ ਏ ਕਿੱਡੀ ਛੇਤੀ ਭੁੱਲ ਗਏ ਸਾਨੂੰ ਤੇਰੇ ਯਾਰ ਨਗਰ ਦੇ ਲੋਕ ਈਸ਼ਵਰ ਪਰਮਾਤਮਾ ਮੇਰੇ ਖੁਦਾ ਆਦਮੀ ਨੂੰ ਆਦਮੀ ਬੰਨਣਾ ਸਿਖਾ ਉੜਿਆ ਉੜਿਆ ਰੰਗ ਜਾਪਿਆ ਕੁਮਲਾਈ ਕੁਮਲਾਈ ਫੁੱਲ ਕੱਲ ਅਟੈਚੀ ਕੇਸ ਤੋਂ ਮਿਲਿਆ ਤੇਰਾ ਕੱਢਿਆ ਹੋਇਆ ਰਿਸ਼ਮੀਰ ਮਾਰ ਨਾ ਚੁੱਕੋ ਬਿਹਾਕਮੋਂ ਤਨ ਦੌਲਤ ਦੀ ਅਤ ਸਕੰਦਰ ਕੱਢ ਕੇ ਕੂਕ ਦਾ ਕਬਰਾਂ ਵਿੱਚੋਂ ਹੱਥ ਸੋਹਣ ਸਿੰਘ ਮੀਸ਼ਾ ਡਾਕਟਰ ਸਾਧੂ ਸਿੰਘ ਹਮਦਰਦ ਸਰਜੀਤ ਪਾਤਰ ਆਧ ਸ਼ਾਇਰਾਂ ਦੇ ਇਹ ਸ਼ੇਰ ਨੇ ਜਿਹੜੇ ਤੁਹਾਡੇ ਨਾਲ ਸਾਂਝੇ ਕੀਤੇ ਨੇ ਜਿਨ੍ਹਾਂ ਚੋਂ ਬੜਾ ਕੁਝ ਨਿਕਲਦਾ ਹੈ ਔਰ ਵਕਤ ਜਿਨ੍ਹਾਂ ਦੀ ਤਰਜਮਾਨੀ ਕਰਦਾ ਹੈ ਇਹ ਤਰਜਮਾਨੀ ਅਸੀਂ ਸਾਇਤਿਕ ਸਤੰਦਾਂ ਪ੍ਰੋਗਰਾਮਸ ਕਰਦੇ ਆਂ ਸੋ ਸਾਇਤਿਕ ਦੰਦਾ ਵੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਐਸੇ ਸ਼ੋਕ ਪਰਵਾਂ ਵੱਲੋਂ ਪਿਆਰ ਸਤਿਕਾਰ ਤੇ ਅਦਬ ਸਹਿਤ ਸਤਿ ਸ੍ਰੀ ਅਕਾਲ ਜ਼ੀ ਆਜ ਅਸੀਂ ਗੱਲ ਡਾਕਟਰ ਲਖਵਿੰਦਰ ਜ਼ੋਲਹੁਰਾਂ ਦੀ ਕਰਾਂਗੇ ਡਾਕਟਰ ਜ਼ੋਲ ਪੰਜਾਬੀ ਦਾ ਉਹ ਸ਼ਾਇਰ ਹੈ ਜਿਹਦੇ ਕਵਿਤਾ ਵਿੱਚਲੇ ਜਜ਼ਬਾਤ ਜਦੋਂ ਪੜ ਕੇ ਵੇਖੋਗੇ ਤਾਨੂੰ ਲੱਗੇਗਾ ਕਿ ਇੱਕ ਵੱਖਰੀ ਕਿਸਮ ਦਾ ਸਵਾਦ ਨਹੀਂ ਆ ਰਿਹਾ ਬਲਕਿ ਸਮਝਣ ਵਾਲਿਆਂ ਨੂੰ ਸਮਝ ਆਏਗੀ ਕਿ ਜੋਲ ਕਿਸ ਕਿਸਮ ਦਾ ਸ਼ਾਇਰ ਹੈ ਮੈਂ ਇੱਕ ਜੋਲ ਸ਼ਬਦ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਹੈ ਬਾਕੀ ਸ਼ਾਇਰਾਂ ਦੀ ਜੋਲ ਦੀ ਪੁਸਤਕ ਬਹਿਸ ਤੋਂ ਵੇਖਬਰ ਜਿਹਨੂੰ ਚੇਤਨਾ ਪ੍ਰਕਾਸ਼ਨ ਨੇ ਛਾਪਿਆ ਤੇ ਜਿਨ੍ਹਾਂ ਨੇ ਕਿਤਾਬ ਪੜ੍ਹੀ ਹੈ ਉਹਨਾਂ ਨੂੰ ਪਤਾ ਹੈ ਕਿ ਜ਼ੋਲ ਕਹਿਣਾ ਕੀ ਚਾਹੁੰਦਾ ਉਸ ਕਿਤਾਬ ਵਿੱਚ ਲੀਆਂ ਕੁਝ ਗੱਲਾਂ ਦਾ ਰੰਗ ਤਾਂ ਮੈਂ ਤੁਹਾਡੇ ਨਾਲ ਸਾਂਝਾ ਕਰਾਂਗਾ ਉਹਨਾਂ ਗੱਲਾਂ ਦਾ ਰੰਗ ਤਾਂ ਚੜਾਵਾਂਗਾ ਪਰ ਜ਼ੋਲ ਅੰਦਰੋਂ ਕੀ ਹੈ ਉਹਦੀ ਇੱਕ ਤਰਜਮਾਨੀ ਦੇਖੋ ਕਿ ਜ਼ਮੀਰਾਂ ਨੂੰ ਜਗਾ ਦਈਏ ਤਾਂ ਅੰਬਰ ਜਾਗ ਪੈਂਦੇ ਨੇ ਜ਼ੋਲ ਦੀ ਇੱਕ ਬਾਖਮਾਲ ਰਚਨਾ ਹੈ ਕਿ ਜ਼ਮੀਰਾਂ ਨੂੰ ਜਗਾ ਦਈਏ ਤਾਂ ਅੰਬਰ ਜਾਗ ਪੈਂਦੇ ਨੇ ਦਿਲਾਂ 'ਚੋਂ ਪਿਆਰ ਦੇ ਸੁੱਤੇ ਸਮੁੰਦਰ ਜਾਗ ਪੈਂਦੇ ਨੇ ਜਦੋਂ ਮੈਂ ਪੇਟ ਦੀ ਖਾਤਰ ਕਰਾਂ ਫਰਿਆਦ ਰੋਟੀ ਦੀ ਜਦੋਂ ਮੈਂ ਪੇਟ ਦੀ ਖਾਤਰ ਕਰਾਂ ਫਰਿਆਦ ਰੋਟੀ ਦੀ ਕਦੇ ਦੰਗੇ ਕਦੇ ਮਸਜਦ ਜਾਂ ਮੰਦਰ ਜਾਗ ਪੈਂਦੇ ਨੇ ਮਨਾਂ ਵਿੱਚ ਲਾਲਸਾ ਕਬਜ਼ੇ ਦੀ ਹੱਦਾਂ ਟੱਪ ਜਾਵੇ ਤਾਂ ਮਨਾਂ ਵਿੱਚ ਲਾਲਸਾ ਕਬਜ਼ੇ ਦੀ ਹੱਦਾਂ ਟੱਪ ਜਾਵੇ ਤਾਂ ਉਦੋਂ ਪੋਰਸ ਦੀ ਰੂਹ 'ਚੋਂ ਵੀ ਸਿਕੰਦਰ ਜਾਗ ਪੈਂਦੇ ਨੇ ਕਿਤੇ ਗੋਲੀ ਕਿਤੇ ਫਾਂਸੀ ਖੜਾਵਾਂ ਤੇ ਕਿਤੇ ਚਰਖਾ ਕਿਤੇ ਗੋਲੀ ਕਿਤੇ ਫਾਂਸੀ ਖੜਾਵਾਂ ਤੇ ਕਿਤੇ ਚਰਖਾ ਨਿਹਾਰ ਮੁੰਦ ਕੇ ਅੱਖਾਂ ਤਮੰਦਰ ਜਾਗ ਪੈਂਦੇ ਨੇ ਤਮੰਨਾ ਜਾਗਦੀ ਜਦ ਵੀ ਕਰਾਂ ਵਿਸ਼ਵਾਸ ਤੇਰੇ ਤੇ ਤਮੰਨਾ ਜਾਗਦੀ ਜਦ ਵੀ ਕਰਾਂ ਵਿਸ਼ਵਾਸ ਤੇਰੇ ਤੇ ਤੇਰੇ ਫੁੱਲਾਂ ਦੇ ਤੋਹਫੇ ਚੋਂ ਵੀ ਖੰਜਰ ਜਾਗ ਪੈਂਦੇ ਨੇ ਸਤਾਇਆ ਤੂੰ ਜਿਵੇਂ ਮੈਨੂੰ ਭੁਲਾਇਆ ਭੁੱਲ ਨਾ ਜਾਵੇਂ ਸਤਾਇਆ ਤੂੰ ਜਿਵੇਂ ਮੈਨੂੰ ਪੁਲਾਇਆ ਭੁੱਲ ਨਾ ਹੋਵੇ ਕੋਰੇਂਦਾ ਜੇ ਕਦੇ ਕੰਕਰ ਤਖੰਡਰ ਜਾਗ ਪੈਂਦੇ ਨੇ ਇਹਦੇ ਤੋਂ ਪਤਾ ਲੱਗਦਾ ਕਿ ਜੋਰ ਕਿਸ ਕਿਸਮ ਜੋਲ ਕਿਸ ਕਿਸਮ ਦਾ ਸ਼ਾਇਰ ਹੈ ਤੇ ਜੋਲ ਦੀ ਮਾਨਸਿਕ ਅਵਸਥਾ ਕਵਤਾ ਪ੍ਰਤੀ ਕੀ ਹੈ ਕਵਤਾ ਤੁਹਾਡੇ ਮਨ ਦੀ ਬੋਲੀ ਹੈ ਤੁਹਾਡੇ ਮਨ ਦੀ ਆਵਾਜ਼ ਹੈ ਤੁਹਾਡੀ ਜਾਗਦੀ ਜ਼ਮੀਰ ਦੀ ਪ੍ਰਵਾਸਾ ਹੈ ਜੋਲ ਡਾਕਟਰ ਲਖਵਿੰਦਰ ਜੋਲ ਪਰਗਤੀਵਾਦੀ ਸ਼ਾਇਰ ਹੈ। ਉਹਦੀ ਕਵਿਤਾ ਚੋਂ ਜੋ ਜਾਗਦਾ ਮਨੁੱਖ ਲੱਭਣ ਦੀ ਕੋਸ਼ਿਸ਼ ਕਰਦਾ ਉਹ ਲੱਭ ਜਾਏਗਾ। ਇਸ ਕਰਕੇ ਖਬਰ ਤੋਂ ਬਹਿਸ ਤੋਂ ਬਿਖ਼ਬਰ ਕਿਤਾਬ ਨੂੰ ਪੜ੍ਹ ਕੇ ਵੇਖੋ ਤੁਹਾਨੂੰ ਲੱਗੇਗਾ ਕਿ ਡਾਕਟਰ ਲਖਵਿੰਦਰ ਜੋਲ ਨੇ ਕਵਿਤਾ ਦਾ ਕੀ ਰੂਪ ਸਾਡੇ ਸਾਹਮਣੇ ਲੈ ਕੇ ਆਂਦਾ ਹੈ। ਮੈਂ ਇਸ ਕਿਤਾਬ ਵਿਚ ਲੀਆਂ ਕੁਝ ਰਚਨਾਵਾਂ ਦੀ ਗੱਲ ਕਰਨ ਤੋਂ ਪਹਿਲਾਂ ਡਾਕਟਰ ਯੋਲ ਹੁਰਾਂ ਦੀ ਇੱਕ ਪੂਰੀ ਰਚਨਾ ਜਿਹੜੀ ਵਰਤਮਾਨ ਪ੍ਰਸੰਗ ਵਿੱਚ ਬੜੀ ਮਹੱਤਵਪੂਰਨ ਹੈ ਮੈਨੂੰ ਬੜੀ ਚੰਗੀ ਲੱਗਦੀ ਹੈ ਤੁਹਾਨੂੰ ਚੰਗੀ ਲੱਗੇਗੀ ਕਿਉਂਕਿ ਵਕਤ ਦੀ ਤਸਵੀਰ ਜਦੋਂ ਸਾਹਮਣੇ ਦੀਵਾਰ ਤੇ ਉੱਕਰੀ ਹੋਵੇ ਤਾਂ ਕੋਣ ਨਹੀਂ ਜਾਣਦਾ ਹੁੰਦਾ ਕਿ ਤੀਰ ਤਿੱਖੇ ਨੇ ਕਿ ਤਲਵਾਰ ਤਿੱਖੀ ਹੈ ਕਿੰਨੀ ਵਾਰੀ ਹਿਜਰਤ ਕਰਕੇ ਵੇਖੋਗੇ ਕਿੰਨੀ ਵਾਰੀ ਹਿਜਰਤ ਕਰਕੇ ਵੇਖੋਗੇ ਕਿੰਨੀ ਵਾਰੀ ਇਸਮਤ ਆਪਣੀ ਵੇਚੋਗੇ ਨੀਵੀਂ ਪਾ ਕੇ ਮੰਨਦੇ ਹੋ ਫਰਮਾਨਾਂ ਨੂੰ ਨੀਵੀਂ ਤੌਣ ਸਿੱਟ ਕੇ ਨੀਵੀਂ ਪਾ ਕੇ ਮੰਨਦੇ ਹੋ ਫਰਮਾਨਾਂ ਨੂੰ ਅੰਬਰ ਪੁੱਛੇ ਉੱਪਰ ਨੂੰ ਕਦ ਵੇਖੋਗੇ ਇਹੋ ਹਾਲ ਰਹਾ ਤ ਸਦੀਆਂ ਸਦੀਆਂ ਤੱਕ ਇਹੋ ਹਾਲ ਰਹਾ ਤ ਸਦੀਆਂ ਸਦੀਆਂ ਤੱਕ ਤੂਣੀ ਆਪਣੇ ਹੱਡੀ ਤੂਣੀ ਆਪਣੇ ਹੱਡਾਂ ਵਾਲੀ ਸਿੱਖੋਗੇ ਫੁੱਲਾਂ ਦੀ ਵਰਖਾ ਤੇ ਐਵੇਂ ਨੱਚੋ ਨਾ ਫੁੱਲਾਂ ਦੀ ਵਰਖਾ ਤੇ ਐਵੇਂ ਨੱਚੋ ਨਾ ਪੱਤਿਆਂ ਨੂੰ ਹੀ ਲਾਟਾਂ ਬਣਦੇ ਵੇਖੋਗੇ ਵੇਖ ਜ਼ਮੀਰਾਂ ਪਰਖਣ ਵਾਲੇ ਆਏ ਨੇ ਵੇਖ ਜ਼ਮੀਰਾਂ ਪਰਖਣ ਵਾਲੇ ਆਏ ਨੇ ਫੇਰ ਮਨਾਂ ਦੇ ਬੱਦਲ ਫਟਦੇ ਵੇਖੋਗੇ ਖੂਬ ਸਹੀ ਇਹ ਸ਼ੌਕ ਵੀ ਜੀਭਾਂ ਕੱਟਣ ਦਾ ਖੂਬ ਸਹੀ ਇਹ ਸ਼ੌਕ ਵੀ ਜੀਭਾਂ ਕੱਟਣ ਦਾ ਕਟੀਆਂ ਜੀਭਾਂ ਦੇ ਵੀ ਜਲਵੇ ਦੇਖੋਗੇ ਕਟੀਆਂ ਜੀਭਾਂ ਦੇ ਵੀ ਜਲਵੇ ਦੇਖੋਗੇ ਮੈਂ ਇਸ ਬੈਂਸ ਤੋਂ ਵੇਖ ਖਬਰ ਕਿਤਾਬ ਲਈ ਤੇ ਅਜੇ ਹੀ ਸ਼ਾਇਰੀ ਲਈ ਜੋਲ ਸਾਹਿਬ ਨੂੰ ਡਾਕਟਰ ਲਖਵਿੰਦਰ ਜੋਲ ਨੂੰ ਸਲੂਟ ਕਰਦਾ ਤੇ ਇਸ ਕਿਤਾਬ ਦੀ ਗੱਲ ਹਲੇ ਆਪਾਂ ਕਰਾਂਗੇ ਵਕਤ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਅੱਧੀ ਰਾਤੀ ਬੁੱਢਾ ਬਾਪੂ ਕਬਰਾਂ ਰਿਆਏ ਫੋਲ ਉਹ ਜਿਹੜੇ ਤੈਨੂੰ ਖਾ ਗਏ ਪੁੱਤਰਾ ਸੁਣਦੇ ਨਹੀਂ ਉਹ ਬੋਲ ਮਾਂ ਤੇਰੀ ਦੇ ਦੀਦੇ ਦੋਵੇਂ ਰੋ ਰੋ ਹੋਏ ਬਿਹਾਲ ਕੰਧਾਂ ਕੋਲਿਆਂ ਦੇ ਨਾਲ ਲੱਗ ਕੇ ਹੋਈ ਫਿਰੇ ਨਟਾਲ ਕਬਰ ਤੇਰੀ ਮੈਨੂੰ ਲੱਗਦੀ ਪੁੱਤਰਾ ਢੇਰੀ ਕੋਈ ਸਮੈਕਾਂ ਦੀ ਕਰ ਕਰ ਇਹੋ ਕਹਾਣੀ ਚੱਲੀ ਬੈਲੀ ਪੁੱਤ ਨਲਾਇਕਾਂ ਦੀ ਪਰਸੋਂ ਬਿਦਵਾ ਹੋਗੀ ਪਾਲੋ ਕੱਲ ਪੁੱਤ ਮਰ ਗਿਆ ਤੰਨੇ ਦਾ ਪਰਸੋਂ ਬਿਦਵਾ ਹੋਗੀ ਪਾਲੋ ਕੱਲ ਪੁੱਤ ਮਰ ਗਿਆ ਤੰਨੇ ਦਾ ਪਤਾ ਨਹੀਂ ਹੁਣ ਕੀ ਬਣੇਗਾ ਅਮਲੀ ਜਾਗਰ ਅੰਨੇ ਦਾ ਸਤਿਕ ਤੰਦਾ ਦੇਸ਼ ਦੂਸਰੇ ਪਾਕ 'ਚ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਸੱਚ ਇਹ ਹੈ ਕਿ ਕਈ ਵਾਰੀ ਜਜ਼ਬਾਤੀ ਕਫ਼ਤਾ ਦੀ ਗੱਲ ਕਰਦਿਆਂ ਕਰਦਿਆਂ ਬੰਦਾ ਆਪ ਵੀ ਜਜ਼ਬਾਤੀ ਹੋ ਜਾਂਦਾ ਮੈਂ ਡਾਕਟਰ ਲਖਮਿੰਦਰ ਜੋਲ ਹੁਰਾਂ ਦੀ ਕਿਤਾਬ ਪੁਸਤਕ ਬਹਿਸ ਤੋਂ ਬੇਖਬਰ ਦੀ ਗੱਲ ਕਰ ਰਿਹਾ ਹਾਂ ਸੌਖ ਪੰਨਿਆਂ ਦੀ ਇਹ ਪੁਸਤਕ ਇੰਨਾ ਕੁਝ ਬੋਲਦੀ ਆ ਇੰਨਾ ਕੁਝ ਕਹਿੰਦੀ ਆ ਕਿ ਜੇ ਦੀਆਂ ਰਗਾਂ ਚ ਕਿਸੇ ਅਣਖ ਦਾ ਕਿਸੇ ਜਜ਼ਬਾਤ ਦਾ ਥੋੜਾ ਜਿਹਾ ਵੀ ਖੂਨ ਗੈਰਤ ਵਾਲਾ ਹੋਵੇਗਾ ਉਹ ਉਬਲੇਗਾ ਇਹ ਸ਼ਾਇਰ ਦਾ ਮਕਸਦ ਵੀ ਹੁੰਦਾ ਜ਼ਿੰਦਗੀ ਦਾ ਇਹ ਸ਼ਾਇਰ ਦਾ ਮਿਸ਼ਨ ਵੀ ਹੁੰਦਾ ਜਿਹੜਾ ਜ਼ੋਲ ਪੂਰਾ ਕਰਦਾ ਮੈਂ ਇਸ ਕਿਤਾਬ ਚੋਂ ਜ਼ੋਲ ਹੁਰਾਂ ਦੀ ਇੱਕ ਸਿਰਜਣਾਤਮਕ ਪ੍ਰਕਿਰਿਆ ਜਿਹੜੀ ਹੈ ਉਹ ਦੱਸਣ ਲੱਗਾ ਬਹਿਸ ਤੋਂ ਬੇਖਬਰ ਕੀ ਕਿ ਸੂਰਜ ਨੂੰ ਗ੍ਰਹਿਣ ਲੱਗਿਆ ਤਾਂ ਘਰ ਵਿੱਚ ਚੁੱਲਾ ਨਹੀਂ ਬਲਿਆ ਉਸ ਦਿਨ ਸੂਰਜ ਨੂੰ ਗ੍ਰਹਿਣ ਲੱਗਿਆ ਤਾਂ ਘਰ ਵਿੱਚ ਚੁੱਲਾ ਨਹੀਂ ਬਲਿਆ ਉਸ ਦਿਨ ਘਰ ਵਿੱਚ ਚੁੱਲਾ ਨਹੀਂ ਬਲਿਆ ਕਈ ਦਿਨਾਂ ਤੋਂ ਪਰ ਲੱਟ ਲੱਟ ਬਲ ਰਿਹਾ ਹੈ ਸੂਰਜ ਜਿਸ ਅਗਨੀ ਦਾ ਸੇਕ ਵਕਤ ਸਾਨੂੰ ਦੇ ਰਿਹਾ ਹੈ ਉਸ ਸੇਕ ਨੂੰ ਅਸੀਂ ਸਮਝਦੇ ਹਾਂ ਪਰ ਜਾਗਦੇ ਨਹੀਂ ਆਪਣੀ ਕਵਤਾ ਤੇ ਆਪਣੀ ਸ਼ਾਇਰੀ ਬਾਰੇ ਡਾਕਟਰ ਲਖਵਿੰਦਰ ਜੋਲ ਕੀ ਆਖਤੇ ਨੇ ਉਹਨਾਂ ਤੋਂ ਸੁਣਦੇ ਆ ਬਹੁਤ ਮੁਸ਼ਕਲ ਹੁੰਦਾ ਹੈ ਕਿਸੇ ਸਾਹਿਤਕਾਰ ਲਈ ਇਹ ਦੱਸਣਾ ਕਿ ਉਹ ਸਾਹਿਤ ਰਚਨਾ ਕਿਉਂ ਕਰਦਾ ਹੈ ਤੇ ਉਸ ਦੀ ਸਾਹਿਤਕਾਰੀ ਦੀ ਕੀ ਆयाम ਨੇ ਕੀ ਪਸਾਰੇ ਨੇ ਤੇ ਕਵੀ ਲਈ ਤਾਂ ਇਹ ਵਿਆਖਿਆ ਕਰਨੀ ਹੋਰ ਵੀ ਮੁਸ਼ਕਲ ਹੁੰਦਾ ਹੈ ਕਵਤਾ ਅਸਲ ਦੇ ਵਿੱਚ ਤੁਹਾਡੇ ਕੋਲ ਕਿਵੇਂ ਆਉਂਦੀ ਹੈ ਇਕ ਕਵੀ ਨੂੰ ਬਹੁਤ ਜ਼ਿਆਦਾ ਪਤਾ ਨਹੀਂ ਹੁੰਦਾ ਜਦੋਂ ਮੈਂ ਆਪਣੇ ਬਾਰੇ ਗੱਲ ਕਰਾਂ ਜਾਂ ਆਪਣੀ ਕਵਿਤਾ ਬਾਰੇ ਗੱਲ ਕਰਾਂ ਤਾਂ ਮੈਨੂੰ ਸਿਰਫ ਇਹ ਲੱਗਦਾ ਕਿ ਕਵਿਤਾ ਮੇਰਾ ਸੁਭਾਅ ਹੈ ਮੇਰਾ ਜੀਵਨ ਹੈ ਤੇ ਫਿਰ ਕਦੇ-ਕਦੇ ਲੱਗਦਾ ਕਿ ਇਹ ਮੇਰਾ ਮਿਸ਼ਨ ਹੈ ਮੈਨੂੰ ਕਵਿਤਾ ਦੀ ਗੁੜਤੀ ਆਪਣੇ ਪਿੰਡ ਜਨਿਆਲੇ ਦੇ ਵਾਤਾਵਰਣ ਵਿੱਚੋਂ ਮਿਲੀ ਸੀ ਮੇਰੇ ਪਿੰਡ ਦਾ ਵਾਤਾਵਰਣ ਤੇ ਉਹ ਦਾ ਪਸ਼ੋਕੜ ਪਰਗਤੀਸ਼ੀਲ ਵਿਚਾਰਾਂ ਨੂੰ ਪ੍ਰਣਾਇਆ ਹੋਇਆ ਪਸ਼ੋਕੜ ਸੀ ਉਹ ਪਿੰਡ ਗਦਰੀ ਬਾਬਿਆਂ ਦਾ ਪਿੰਡ ਹੈ ਬਾਬਾ ਲਾਲ ਸਿੰਘ ਬਾਬਾ ਬ੍ਰਿਹਮ ਸਿੰਘ ਤੇ ਫਿਰ ਉਸ ਤੋਂ ਬਾਅਦ ਕਮਿਊਨਿਸਟ ਲਰਨਰ ਜੁੜੇ ਹੋਏ ਉਸ ਪਿੰਡ ਦੇ ਭਾਈ ਸ਼ੇਰ ਸਿੰਘ ਤੇ ਕਾਮਰੇਟ ਪਿਆਰਾ ਸਿੰਘ ਉਹ ਇਸ ਤਰ੍ਹਾਂ ਦਾ ਵਾਤਾਵਰਣ ਸੀ ਜਿਸ ਨੇ ਮੈਨੂੰ ਪਰਗਤੀਸ਼ੀਲ ਵਿਚਾਰਾਂ ਦੀ ਗੁਰਤੀ ਦੇ ਦਿੱਤੀ ਮੈਂ ਕਾਲਜ ਗਿਆ ਤੇ ਮੈਨੂੰ ਸੰਤ ਸਿੰਘ ਸੇਖੋਂ ਤੇ ਡਾਕਟਰ ਗਵੀਰ ਸਿੰਘ ਸਿਰਜਣਾ ਵਰਗੇ ਅਧਿਆਪਕ ਮਿਲੇ ਤੇ ਜਦੋਂ ਮੈਂ ਕਾਲਜ ਦੀਆਂ ਸਰਗਰਮੀਆਂ ਵਿੱਚ ਹਿੱਸਾ ਲੈਣਾ ਸ਼ੁਰੂ ਕੀਤਾ ਤਾਂ ਮੈਨੂੰ ਸਤਰਾਮ ਚਾਨਾ ਵਰਗੇ ਤੇ ਮੰਗਤਰੰਗ ਪਾਸਲਾ ਵਰਗੇ ਵਿਦਿਆਰਥੀ ਆ ਗਏ ਤੇ ਫਿਰ ਮੈਨੂੰ ਜਦੋਂ ਪਹਿਲੀ ਨੌਕਰੀ ਮਿਲੀ ਉਹ ਵੀ ਨਮਾਜ਼ਮਾਨਾ ਅਖਬਾਰ ਵਿੱਚ ਮਿਲੀ ਜਿਹੜਾ ਭਾਰਤੀ ਕਮਿਊਨਿਸਟ ਪਾਰਟੀ ਦਾ ਅਖਬਾਰ ਸੀ ਮੈਂ ਨਮਾਜ਼ਮਾਨਾ ਚੋਂ ਬਾਹਰ ਨਿਕਲਿਆ ਅਜੀਤ ਦੀ ਨੌਕਰੀ ਕੀਤੀ ਤਾਂ ਮੈਨੂੰ ਡਾਕਟਰ ਸਾਧੂ ਸਿੰਘ ਹਮਦਰਦ ਹੋਰਾਂ ਦੀ ਸਰਪ੍ਰਸਤੀ ਮਿਲੀ ਤੇ ਫਿਰ ਡਾਕਟਰ ਪ੍ਰਜਿੰਦਰ ਸਿੰਘ ਹਮਦਰਦ ਹੋਰਾਂ ਦੀ راہ ਨਮਾਈ ਮਿਲੀ ਜਿਸ ਨੇ ਮੇਰੀ ਜ਼ਿੰਦਗੀ ਨੂੰ ਨਵੇਂ ਅयाम ਦਿੱਤੇ ਤੇ ਉਸ ਤੋਂ ਬਾਅਦ ਮੈਂ ਦੂਰ ਦਰਸ਼ਨ ਗਿਆ ਤੇ ਮੇਰੀ ਜ਼ਿੰਦਗੀ ਨੂੰ ਨਵੇਂ ਆਕਾਸ਼ ਮਿਲੇ ਨਮੀਆਂ ਉਡਾਰੀਆਂ ਮਿਲੀਆਂ ਪੰਜਾਬੀ ਸੱਭਿਆਚਾਰ ਪੰਜਾਬੀ ਰਹਿਤਲਾਂ ਤੇ ਪੰਜਾਬੀ ਸਾਹਿਤ ਨੂੰ ਛੋਟੇ ਪਰਦੇ ਉੱਤੇ ਸਾਕਾਰ ਕਰਨ ਦੀ ਖਵਤ ਨੇ ਮੇਰੇ ਤੋਂ ਬਹੁਤ ਕੰਮ ਕਰਵਾਇਆ ਤੰਬੇਰੇ ਉਸ ਕੰਮ ਦਾ ਹੀ ਇਹ ਨਤੀਜਾ ਹੈ ਕਿ ਮੈਨੂੰ ਪੰਜਾਬੀ ਪਿਆਰਿਆਂ ਵੱਲੋਂ ਬਹੁਤ ਪਿਆਰ ਮਿਲਿਆ ਇਸ ਸਾਰੇ ਪਿਛੋਕੜ ਦੇ ਵਿੱਚ ਕਵਤਾ ਮੇਰੇ ਨਾਲ ਨਾਲ ਰਹੀ ਤੇ ਅੱਜ ਮੈਂ ਤੁਹਾਨੂੰ ਆਪਣੀਆਂ ਕਵਤਾਵਾਂ ਸੁਣਾਉਣੀ ਚਾਹੁੰਦਾ ਕੁਝ ਇੱਕ ਕਵਤਾਵਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ ਤੇ ਮੇਰੀ ਪਹਿਲੀ ਕਵਤਾ ਹੈ ਚੰਗਾ ਲੱਗਦਾ ਚੰਗਾ ਲੱਗਦਾ ਗੱਡੀ ਵਿੱਚੋਂ ਛਾਲ ਮਾਰ ਕੇ ਗੱਡੀ ਦੀ ਰਫ਼ਤਾਰ ਅੰਕਣਾ ਚੰਗਾ ਲੱਗਦਾ ਚੰਗਾ ਲੱਗਦਾ ਹੈ ਗੱਡੀ ਵਿੱਚੋਂ ਛਾਲ ਮਾਰ ਕੇ ਗੱਡੀ ਦੀ ਰਫ਼ਤਾਰ ਅੰਕਣਾ ਉੱਡਦੇ ਪੰਛੀ ਦੇ ਖੰਭ ਬਣਨਾ ਤੰਗੇ ਜੁੱਪੇ ਘੋੜੇ ਦੇ ਪੈਰਾਂ ਨਾਲ ਵੱਜਣਾ ਤਾਰ ਕੋਲ ਦੀਆਂ ਸੜਕਾਂ ਉੱਤੇ ਸ਼ਾਮ ਸਵੇਰੇ ਕਸਰ ਕਸਰ ਕੇ ਖੁਰੀਆਂ ਵਾਂਗੂ ਜਗਣਾ 부ਜਣਾ ਚੰਗਾ ਲੱਗਦਾ ਖੁਰੀਆਂ ਵਾਂਗੂ ਜਗਣਾ 부ਜਣਾ ਚੰਗਾ ਲੱਗਦਾ ਚੰਗਾ ਲੱਗਦਾ ਬੜਨਾ ਟੋਕੇ ਦਾ ਗੰਡਾ ਸਾ ਚੰਗਾ ਲੱਗਦਾ ਬੜਨਾ ਟੋਕੇ ਦਾ ਗੰਡਾਸਾ ਕਰਨਾ ਕੁਤਰਾ ਕਦਰਾਂ ਵਾਲਾ ਮਿੱਠਤ ਮਿੱਠਤ ਚਗਲੀ ਜਾਣਾ ਮਿੱਠਤ ਮਿੱਠਤ ਚਗਲੀ ਜਾਣਾ ਚੰਗਾ ਲੱਗਦਾ ਚੰਗਾ ਲੱਗਦਾ ਬੜਨਾ ਪਰਿ ਲੋਕ ਦਾ ਸ਼ਾਹ ਸਵਾਰ ਚੰਗਾ ਲੱਗਦਾ ਬੜਨਾ ਪਰਿ ਲੋਕ ਦਾ ਸ਼ਾਹ ਸਵਾਰ ਕੀ ਮੈਰਾ ਕੀ ਰੂਹੀ ਮਾਰੂ ਸਾਰੀ ਪਿਆਲੀ ਬਦਲੀ ਜਾਣਾ ਚੰਗਾ ਲੱਗਦਾ ਤੇ ਫੇਰ ਆਪਣੇ ਕਰਮ ਕਰਮਾ ਖਾਤਰ ਪਰਿਆ ਕੋਲੋਂ ਹੱਥਾਂ ਦਾ ਹੋਂਕਾ ਆਰਾਮ ਮੰਗਣਾ ਚੰਗਾ ਲੱਗਦਾ ਤੇ ਜਿੱਤਾਂ ਵਾਲੇ ਹਾਰ ਪਹਿਨ ਕੇ ਫੁੱਲੇ ਰਹਿਣਾ ਮੂਲ ਨਾ ਸੰਗਣਾ ਚੰਗਾ ਲੱਗਦਾ ਚੰਗਾ ਲੱਗਦਾ ਗੱਡੀ ਵਿੱਚੋਂ ਛਾਲ ਮਾਰ ਕੇ ਗੱਡੀ ਦੀ ਰ ਉਤਾਰ ਅੰਕਣਾ ਚੰਗਾ ਲੱਗਦਾ ਡਾਕਟਰ ਲਖਮਿੰਦਰ ਜੋਲ ਹੁਣਾਂ ਦੀ ਗੱਲ ਕਰ ਰਿਹਾ ਉਹਨਾਂ ਦੀ ਪੁਸਤਕ ਬੈਂਸ ਤੋਂ ਵੇਖ ਖਬਰ ਦੀ ਗੱਲ ਕਰ ਰਿਹਾ ਜੇ ਨੂੰ ਚੇਤਨਾ ਪ੍ਰਕਾਸ਼ਨ ਨੇ ਛਾਪਿਆ ਮੈਜੋਲ ਹੁਰਾਂ ਦੀ ਅਗਲੀ ਗੱਲ ਕਰਨ ਤੋਂ ਪਹਿਲਾਂ ਇਹ ਕਵਾਂਗਾ ਕਿ ਉਮੇਂਦਰ ਜ਼ੋਲ ਉਹਨਾਂ ਦੇ ਵੱਡੇ ਭਰਾ ਦਵਿੰਦਰ ਜ਼ੋਲ ਤੇ ਉਹਨਾਂ ਦੀ ਸਿਸਟਰ ਇਹ ਉਹਨਾਂ ਦਾ ਰਿਸ਼ਤੇਦਾਰੀ ਤੋਂ ਸਰਜੀਤ ਜੱਜ ਇਹ ਸਾਰੇ ਸ਼ਾਇਰ ਨੇ ਜਾਂ ਲੇਖਕ ਨੇ ਜ਼ਾ ਰੇਡੀਓ ਤੇ ਪ੍ਰਸਾਰ ਮਾਧਿਮਾ ਨਾਲ ਕੰਮ ਕਰਦੇ ਨੇ ਇਹ ਬੜਾ ਸੁਚੇਤ ਪਰਿਵਾਰ ਹੈ तिलंदर जिले दे जडियाला ਪਿੰਡ ਸੇ ਜੋਲ ਸਾਹਿਬ ਨੇ ਜਨਮ ਲਿਆ ਤੇ ਗੁਰਦੀਸ਼ ਨੇ ਇਸ ਕਿਤਾਬ ਦਾ ਸਰਵਰਕ ਬਣਾਇਆ ਔਰ ਮਹਿਮਾਨ ਨਾ ਕਮਾਂਗਾ ਕਿ ਗੁਰਦੀਸ਼ ਸਾਡਾ ਮਿੱਤਰ ਵੀ ਆ ਤੇ ਗੁਰਦੀਸ਼ ਕਮਾਲ ਦਾ ਆਰਟਿਸਟ ਵੀ ਆ ਤੇ ਗੁਰਦੀਸ਼ ਜੋਲ ਹੁਰਾਂ ਦਾ ਬਹੁਤ ਨੇੜਲਾ ਰਿਸ਼ਤੇਦਾਰ ਹੈ ਗੁਰਦੀਸ਼ ਨਾਲ ਦਾ ਪਣੋਈਆ ਸੋ ਇਹ ਸਾਰਾ ਪਰਿਵਾਰ ਇਤਫਾਕ ਨੇ ਐਸੀ ਕਲਾ ਲੈ ਕੇ ਪੰਜਾਬ ਚ ਵਿਸਰਿਆ ਮੇਬੀ ਦਸਾਂ ਕਿ ਜਾਲ ਇਸ ਬਿਲੇ ਪੰਜਾਬ ਕਲਾ ਪ੍ਰੀਸ਼ਦ ਦੇ ਸਰਜੀਤ ਪਾਤਰ ਹੁਣਾ ਨਾਲ ਜਰਨਲ ਸਕੱਤਰ ਨੇ ਪ੍ਰੈਸ ਕਲੱਬ ਜਲੰਧਰ ਦੇ ਪ੍ਰਧਾਨ ਨੇ ਆਲ ਇੰਡੀਆ ਰੇਡੀਓ ਤੇ ਉਹ ਕੁਪਤਾਵਾ ਪੇਸ਼ ਕਰਦੇ ਰਹੇ ਨੇ ਪ੍ਰਸਾਰ ਭਾਰਤੀ ਲਈ ਦੂਰਦਰਸ਼ਨ ਤੇ ਉਹ ਪ੍ਰੋਗਰਾਮ ਐਗਜ਼ੀਕਿਊਟਿਵ ਬਦੋਂ ਰਿਟਾਇਰ ਹੋਏ ਨੇ ਸੰਤ ਬਾਬਾ ਬਲਵੀਰ ਸਿੰਘ ਸੀਚੇ ਵਾਲਿਆਂ ਤੇ ਜਿਹੜੀ ਡਾਕੂਮੈਂਟਰੀ ਬਣੀ ਸੀ ਉਨਾ ਲਈ ਜੋਲ ਸਾਹਿਬ ਨੂੰ ਨੈਸ਼ਨਲ ਅਵਾਰਡ ਮਿਲਿਆ ਨਵੇਂ ਸਾਲ ਦੇ ਜਲਵਾ ਪ੍ਰੋਗਰਾਮ ਤੇ ਜੋਲ ਸਾਹਿਬ ਨੂੰ ਅਵਾਰਡ ਮਿਲਿਆ ਸੋ ਇੱਕ ਐਸੀ ਸ਼ਖਸੀਅਤ ਦੀ ਗੱਲ ਕਰਨਿਆ ਜਿਹੜੀ ਕਵਤਾ ਵੀ ਲਈ ਫਿਰਦੀ ਹੈ ਤੇ ਜੋਲ ਸਾਹਿਬ ਦੀਆਂ ਹਲੇ ਗੱਲਾਂ ਅਸੀਂ ਕਰਾਂਗੇ ਪਰ ਇਸ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਫਿਰ ਨਿੱਘਾ ਸਵਾਗਤ ਹੈ ਜਸ ਪੰਜਾਬੀ ਦੇ ਸਾਰੇ ਦਰਸ਼ਕਾਂ ਲਈ ਸ਼ੁਭ ਕਾਮਨਾਵਾਂ ਔਰ ਮੈਂ ਇਹ ਸਪੈਸ਼ਲ ਸ਼ੁਭ ਕਾਮਨਾਵਾਂ ਤਾਂ ਪੇਸ਼ ਕੀਤੀਆਂ ਨੇ ਕਿ ਤੁਹਾਡੀ ਮੁਹੱਬਤ ਦੇ ਸੁਨੇਹੇ ਜਿਹੜੇ ਆ ਉਹ ਸਾਡੇ ਤੱਕ ਪਹੁੰਚਦੇ ਨੇ ਤੇ ਸੱਚੀ ਮੁੱਚ ਹੀ ਜਦੋਂ ਕੋਈ ਪਿੱਠ ਥਾਪੜਦਾ ਤੇ ਬੰਦਾ ਖੁਸ਼ ਹੋ ਜਾਂਦਾ ਤੇ ਪ੍ਰਸ਼ੰਸਾ ਚੰਗੀ ਸਾਰਿਆਂ ਨੂੰ ਲੱਗਦੀ ਆ ਮੈਨੂੰ ਵੀ ਲੱਗਦੀ ਆ ਤੇ ਮੈਂ ਜਸ ਪੰਜਾਬੀ ਵੱਲੋਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਆ ਆਪਾਂ ਗੱਲ ਡਾਕਟਰ ਲਖਵਿੰਦਰ ਜ਼ੋਲਹੂਰਾਂ ਦੀ ਕਰ ਰਿਹਾ ਉਹਨਾਂ ਦੀ ਪੁਸਤਕ ਮੈਸ ਤੋਂ ਬੇਖਬਰ ਦੀ ਗੱਲ ਕਰ ਰਿਹਾ ਜੋਲਸ ਆਫ ਦੀ ਸ਼ਾਇਰੀ ਦਾ ਨੰਗ ਤੁਹਾਡੇ ਨਾਲ ਕਿ ਬਚਾ ਕੇ ਅੱਖ ਤੋਂ ਚੁੱਪ ਕੇ ਜਹੇ ਤੇਲੀ ਵਿਖਾਉਣੀ ਐ ਹਵਾਰ ਨੂੰ ਦੱਸ ਦਿੱਤਾ ਹੈ ਕਿ ਅੱਗ ਕਿੱਥੇ ਲਾਉਣੀ ਐ ਸਮਾਂ ਜਦੋਂ ਸਮਾਂ ਹੋਵੇ ਜਦੋਂ ਦੁਸ਼ਮਣ ਦਾ ਮੱਥੇ ਤੇੜਕ ਜਾਂਦੇ ਨੇ ਕਦੋਂ ਫਿਰ ਯਾਦ ਆਉਂਦਾ ਹੈ ਕਦੋਂ ਕਿਸਮਤ ਲਿਖਾਉਣੀ ਹੈ ਕਰੇ ਕਦੇ ਦਰਿਆ ਦੀਆਂ ਲਹਿਰਾਂ ਕਦੇ ਸਾਗਰ ਦੀਆਂ ਛੱਲਾ ਪਰੇਸ਼ਾਵਾਦ ਬਸੋਚਣ ਕਿਵੇਂ ਕਿਸ਼ਤੀ ਬਚਾਉਣੀ ਆ ਮੇਰਾ ਅੰਦਾਜ਼ਾ ਬੱਕਰਾ ਹੈ ਤੇਰਾ ਅੰਦਾਜ਼ ਹੈ ਜ਼ਾਲਮ ਤੂੰ ਲਾਂਬੂ ਹਰ ਜਗ੍ਹਾ ਲਾਉਣਾ ਮੈਂ ਲੱਗੀ 20 ਵਧਾਉਣੀ ਆ ਇਹਨੂੰ ਕਹਿੰਦੇ ਨੇ ਸ਼ਾਇਰੀ ਇਹਨੂੰ ਕਹਿੰਦੇ ਨੇ ਤਰਜ਼ਮਾਨੀ ਆਪਾਂ ਸੁਣਦੇ ਆਏ ਆ ਕਿ ਮੈਂ ਕੀ ਜਾਣ ਬੁੱਲਾ ਤਾਂ ਕਹਿੰਦਾ ਸੀ ਕੀ ਜਾਣਾਂ ਮੈਂ ਕੌਣ ਤੇ ਜੋਲਸਾਲ ਇਸ ਕਵਿਤਾ 'ਚ ਕੀ ਕਹਿੰਦੇ ਨੇ ਕਿ ਕੌਣ ਆ ਜਿਹੜੀ ਮੈਂ ਉਹਨਾਂ ਦੀ ਗੱਲ ਕਰਨ ਲੱਗਾ ਕਿ ਕੌਣ ਦੇਸ਼ ਨੂੰ ਜਾਣਾ ਕੌਣ ਦੇਸ਼ ਤੋਂ ਆਏ ਮੁਸਾਫਰ ਕੌਣ ਦੇਸ਼ ਨੂੰ ਜਾਣਾ ਕਿਹੜੀ ਮੰਜ਼ਲ ਰਸਤਾ ਕਿਹੜਾ ਕਿੱਥੇ ਪਤਾ ਟਿਕਾਣਾ ਤੇ ਉਹ ਪਤਾ ਟਿਕਾਣਾ ਦੀ ਗੱਲ ਜੋਲ ਸਭ ਆਪਣੀ ਜਬਾਨੀ ਦੂਸਰੀ ਕਵਿਤਾ ਹੈ ਮਦਵਰ ਕੀ ਮੈਂ ਆਪਣੀ ਹਉਮੇ ਦਾ ਕੈਦੀ ਆਪਣੇ ਮਨ ਦੇ ਮੱਕੜੀ ਜਾਲ 'ਚ ਹਰਦਮ ਫਸਿਆ ਮਨ ਦੀ ਮਾਇਲ ਨੂੰ ਤੋ ਨਾ ਪਾਇਆ ਮਾਇਆ ਜਾਇਆ ਮੈਂ ਆਪਣੀ ਹਉਮੇ ਦਾ ਕੈਦੀ ਆਪਣੇ ਮਨ ਦੇ ਮੱਕੜੀ ਜਾਲ 'ਚ ਹਰਦਮ ਫਸਿਆ ਮਨ ਦੀ ਮੈਲ ਨੂੰ ਧੋ ਨਾ ਪਾਇਆ ਮਾਇਆ ਜਾਇਆ ਆਪਣਾ ਹੋ ਕੇ ਵੀ ਨਾ ਆਪਣਾ ਹੋਰ ਕਿਸੇ ਦਾ ਮੈਂ ਕੀ ਹੂੰ ਆਪਣਾ ਹੋ ਕੇ ਵੀ ਨਾ ਆਪਣਾ ਹੋਰ ਕਿਸੇ ਦਾ ਮੈਂ ਕੀ ਹੋਣਾ ਆਪਣੇ ਮਨ ਦਾ ਬੂਹਾ ਟੋਕੇ ਦੁਨੀਆ ਕੋਲੋਂ ਪਾਸਾ ਬਟਕੇ ਦੇਖ ਮੁਸੀਬਤ ਸਰਪਟ ਡੋੜਾਂ ਦੇਖ ਮੁਸੀਬਤ ਸਰਪਟ ਧੋੜਾਂ ਦੌੜ-ਦੌੜ ਕੇ ਪਰਾਂ ਕਲਾਵੇ ਝੂਠੀ ਮਾਇਆ ਹੱਥ ਨਾ ਆਵੇ દોડ દોડ કે પરંગ કઢાવે ਝૂઠી માયા હાથ ના આવે આપ પે અપના છંડા ફડકે ઉચ્ચા હોણ ਦਾ ટોંગ ਰચામા હો ના પામા હફદા હફદા apni موت ਦੇ મુਹ ਵਿੱਚ ਡਿ ਗਿਆ આપ પે અપના ਕਾਤਲ ਬਣਿਆ ਹਰ ਯੁਗ ਅੰਦਰ આપ પે અપના ਕਾਤਲ ਬਣਿਆ ਹਰ ਯੁਗ ਅੰਦਰ ਹਰ ਯੁਗ ਦੀ ਤਰ੍ਹਾਂ ਅਨੁਸ਼ੈ કે ਤੇਜ ਹਵਾ ਦੇ ਮੁੱਢੇ ਚੜ ਕੇ ਮੰਜ਼ਲ ਮੁਕਤੀ ਪੌਂਦਾ ਪੌਂਦਾ ਹਰਦਮ ਹੋ ફਿਆ ਮੰਜ਼ਿਲ ਮੁਕਤੀ ਪੌਂਦਾ ਪੌਂਦਾ ਹਰਦਮ ਹਫਿਆ ਮੈਂ ਆਪਣੀ ਹੋਮੇ ਦਾ ਕੈਦੀ ਆਪਣੇ ਮਨ ਦੇ ਮੱਕੜੀ ਜਾਲ ਚ ਹਰਦਮ ਫਸਿਆ ਮਨ ਦੀ ਮਹਿਲ ਨੂੰ ਤੋ ਨਾ ਪਾਇਆ ਮਾਇਆ ਜਾਇਆ ਮੈਂ ਮਦ ਵਰਗੀ ਮਨ ਦੀ ਮਹਿਲ ਨੂੰ ਤੋ ਨਾ ਪਾਇਆ ਮੈਂ ਮਦ ਵਰਗੀ ਤੀਸਰੀ ਕਵਤਾ ਹੈ ਗੁਫਤਗੂ ਇਸ ਤੋਂ ਪਹਿਲਾਂ ਕਿ ਇੰਡੀਆ ਗੇਟ ਦਿੱਲੀ ਚੋਂ ਬਾਹਰ ਨਿਕਲੇ ਇਸ ਤੋਂ ਪਹਿਲਾਂ ਕਿ ਇੰਡੀਆ ਗੇਟ ਦਿੱਲੀ ਚੋਂ ਬਾਹਰ ਨਿਕਲੇ ਇਸ ਤੋਂ ਪਹਿਲਾਂ ਕਿ ਲਾਲ ਕਿਲਾ ਜਮਨਾ ਚ ਘਰਕ ਜਾਏ ਇਸ ਤੋਂ ਪਹਿਲਾਂ ਕਿ ਲਾਲ ਕਿਲਾ ਜਮਨਾ ਚ ਘਰਕ ਜਾਏ ਇਸ ਤੋਂ ਪਹਿਲਾਂ ਕਿ ਫੇਰ ਸ਼ੁਰੂ ਹੋਏ ਕਾਰਗਲ ਕੋਈ ਇਸ ਤੋਂ ਪਹਿਲਾਂ ਕਿ ਫੇਰ ਸ਼ੁਰੂ ਹੋਏ ਕਾਰਗਲ ਕੋਈ ਇਸ ਤੋਂ ਪਹਿਲਾਂ ਕਿ ਫੇਰ ਡਹੇ ਮੰਦਰ ਜਾਂ ਮਸਜਿਦ ਕੋਈ ਇਸ ਤੋਂ ਪਹਿਲਾਂ ਕਿ ਦੰਗੇ ਹੋ ਜਾਣ ਦੀ ਵਾਰਾਂ ਇਸ ਤੋਂ ਪਹਿਲਾਂ ਕਿ ਦੰਗੇ ਹੋ ਜਾਣ ਦੀ ਵਾਰਾਂ ਇਸ ਤੋਂ ਪਹਿਲਾਂ ਕਿ ਖੁਦ ਕਸੀ ਕਰ ਲੈ ਖੁਦਬ ਖੁਦ ਸੰਸਦ ਇਸ ਤੋਂ ਪਹਿਲਾਂ ਕਿ ਖੁਦਕਿਸ਼ੀ ਕਰ ਲੈ ਖੁਦਬ ਖੁਦ ਸੰਸਦ ਆਓ ਬੋਟ ਕਲਬ ਚਲ ਜਿਏ ਆਓ ਬੋਟ ਕਲਬ ਚਲ ਜਿਏ ਕਰੀਏ ਗੁਫਤਗੂ ਕੋਈ ਗੁਫਤਗੂ ਕਰੀਏ ਪਾਣੀ ਦੀਆਂ ਲਹਿਰਾਂ ਨਾਲ ਲਹਿਰਾਂ ਤੇ ਰੁਕਦੀ ਹਵਾ ਨਾਲ ਹਰੇ ਭਰੇ ਘਾਹ ਨਾਲ ਖਿੜੇ ਹੋਏ ਫੁੱਲਾਂ ਨਾਲ ਆਪਣੇ ਮਨ ਨਾਲ ਆਓ ਗੁਫਤਗੂ ਕਰੀਏ ਆਓ ਗੁਫਤਗੂ ਕਰੀਏ ਧੰਨਵਾਦ ਅੱਜ ਦੇ ਜੋਗ ਵਿੱਚ ਕਵਿਤਾ ਜੋ ਕਹਿੰਦੀ ਹੈ ਜੋ ਡਾਕਟਰ ਲਖਵਿੰਦਰ ਝੋਲ ਕਹਿੰਦਾ ਉਹਨੂੰ ਵੀ ਸਮਝਣ ਦੀ ਲੋੜ ਹੈ ਸੁਚੇਤ ਮਨੁੱਖ ਹੋਣ ਦੀ ਲੋੜ ਹੈ ਜਲਦੀ ਇੱਕ ਕਵਿਤਾ ਤੁਹਾਡੇ ਨਾਲ ਨਿੱਕੀ ਜਿਹੀ ਸਾਂਝੀ ਕਰਕੇ ਮੈਂ ਗੱਲ ਮਕਾਉਣ ਲੱਗਾ ਕੀ ਜਾਣਾ ਮੈਂ ਕੌਣ ਕੀ ਜਾਣਾ ਮੈਂ ਕੌਣ ਨਹੀਂ ਜਿੰਦੇ ਕੀ ਜਾਣਾ ਮੈਂ ਕੌਣ ਬੁੱਲਾ ਮੈਨੂੰ ਵਾਜਾਂ ਮਾਰੇ ਦੁਨੀਆ ਮਾਰੇ ਤੱਕੇ ਬੁੱਲਾ ਮੈਨੂੰ ਵਾਜਾਂ ਮਾਰੇ ਦੁਨੀਆ ਮਾਰੇ ਤੱਕੇ ਮੈਂ ਤੇ ਮੇਰਾ ਮੁਰਸ਼ਿਦ ਦੋਵੇਂ ਰਹਿ ਗਏ ਹੱਕੇ ਬੱਕੇ ਮੈਂ ਤੇ ਮੇਰਾ ਮੁਰਸ਼ਿਦ ਦੋਵੇਂ ਰਹਿ ਗਏ ਹੱਕੇ ਬੱਕੇ ਕੌਣ ਕਹੇ ਤੂੰ ਮੇਰਾ ਮੇਰਾ ਆਪਣੇ ਮੁਕਸ਼ਪਾਉਣ ਨਹੀਂ ਜੰਦੇ ਕੀ ਜਾਣਾ ਮੈਂ ਕੌਣ ਬਹਿਸ ਤੋਂ ਵੇ ਖਬਰ ਡਾਕਟਰ ਲਖਵਿੰਦਰ ਜਵਾਲਹੁਰਾ ਦੀ ਇਸ ਕਿਤਾਬ ਬਾਰੇ ਗੱਲ ਕਰਕੇ ਮੈਂ ਸਮਝਦਾ ਕਿ ਚੰਗਾ ਕੰਮ ਕਰ ਲਿਆ ਤੇ ਸਾਹਿਤ ਪ੍ਰੇਮੀਆਂ ਨੂੰ ਖਾਸ ਤੌਰ ਤੇ ਸ਼ਾਇਰੀ ਕਵਿਤਾ ਨੂੰ ਤੇ ਖੁੱਲੀ ਕਵਿਤਾ ਨੂੰ ਪਿਆਰ ਕਰਨ ਵਾਲੇ ਸੁਨਈਆਂ ਨੂੰ ਮੇਰੀ ਬੇਨਤੀ ਹੈ ਕਿ ਡਾਕਟਰ ਯੋਲ ਦੀ ਇਸ ਕਿਤਾਬ ਤੇ ਇੱਕ ਵਾਰੀ ਜ਼ਰੂਰ ਨਜ਼ਰ ਮਾਰ ਕੇ ਵੇਖਿਓ ਤੁਹਾਨੂੰ ਕੁਝ ਨਾ ਕੁਝ ਮਿਲੇਗਾ ਹੀ ਨਹੀਂ ਸਗੋਂ ਕਵਿਤਾ ਦੇ ਕਈ ਨਵੇਂ ਰੂਪ ਵੀ ਪੜਨ ਤੇ ਵੇਖਣ ਨੂੰ ਮਿਲਗੇ ਇੱਥੇ ਹੀ ਐਸੇ ਸ਼ੋਕ ਪੌਰਾ ਨੂੰ ਇਜਾਜ਼ਤ ਦਿਓ ਤੁਸੀਂ ਫੀਡਬੈਕ ਦੇ ਸਕਦੇ ਹੋ info@justbroadcasting.com ਤੇ ਜਾਂ poura@ justbroadcasting.com ਤੇ ਮਿਹਰਬਾਨੀ ਸ਼ੁਕਰੀਆ ਆ